ਮਹਿੰਦਰ ਸਿੰਘ ਔਰ ਇੱਕ ਨਾਲ ਦੇ ਇਹਦੇ ਦੋ ਸਾਥੀ ਸੀਗੇ ਬਲਵਿੰਦਰ ਸਿੰਘ ਅਮਰਜੀਤ ਸਿੰਘ ਇਹ ਸਕੂਲ ਦੇ ਵਿੱਚੋਂ ਪੇਪਰ ਕਰਕੇ ਆਏ ਸੀਗੇ 3 ਵਜੇ ਦੇ ਕਰੀਬ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਨਾ ਚਾਹ ਦੇਣ ਜਾਣੀ ਸੀ ਬਾਹਰ ਖੇਤ ਚਾਹ ਦੇਣ ਗਏ ਆ ਉੱਥੇ ਜਾ ਕੇ ਇਹਨਾਂ ਨੂੰ ਨਹੀਂ ਪਤਾ ਸੀ ਵੀ ਅੱਗੇ ਕੌਣ ਫਿਰਦੇ ਆ ਪੁਲਿਸ ਵਾਲੇ ਮੁਲਾਜ਼ਮ ਫਿਰਦੇ ਸੀ ਐਕਸਾਈਜ਼ ਵਾਲੇ ਫਿਰਦੇ ਸੀਗੇ ਉਹਨਾਂ ਨੇ ਇਹਨਾਂ ਨੂੰ ਗੱਠਜੋੜ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਹਾਏ ਹਾਏ ਬੁਲਾ ਕੇ ਤੇ ਇਹਨਾਂ ਨੂੰ ਪੁੱਛ ਦੱਸ ਕਰਨਾ ਕਹਿੰਦੇ ਤੁਸੀਂ ਇੱਥੇ ਕੀ ਕਰ ਰਹੇ ਹੋ ਕਹਿੰਦੇ ਵੀ ਅਸੀਂ ਚਾਹ ਦੇਣ ਆਏ ਹਾਂ ਤੇ ਕੁਝ ਕਾਈ ਵੱਢਣ ਆਏ ਹਾਂ ਵੀ ਪਸ਼ੂਆਂ ਵਾਸਤੇ ਤੇ ਉਹਨਾਂ ਨੇ ਜਿਹੜੇ ਬਲਵਿੰਦਰ ਸਿੰਘ ਨੂੰ ਡਾਂਗ ਮਾਰੀ ਹੈਗੀ ਹੈ ਤੇ ਜਿਹੜਾ ਛੋਟਾ ਅਮਰਜੀਤ ਸਿੰਘ ਇਹ ਡਰ ਕੇ ਭੱਜ ਪਿਆ ਭੱਜ ਪਿਆ ਧਾਰ ਕੇ ਵੇਖ ਜੇ ਸਾਡੇ ਬੱਚੇ ਨੂੰ ਜੋ ਕੱਲਾ ਵੱਜਦਾ ਹੈ ਸਾਡੀ ਚੀਕ ਵੀ ਪੁੱਜਦੀ ਹੈ ਮਸਲਾ ਇਹ ਜੇ ਪਿਆ ਤੇ ਇਹਨੂੰ ਉਹਨਾਂ ਨੇ ਨਹੀਂ ਰੋਕਿਆ ਜਦੋਂ ਭੱਜਦਾ ਅੱਗੇ ਜਾ ਕੇ ਪਾਣੀ 'ਚ ਵਿੱਚ ਡਿੱਗ ਪੈਂਦਾ ਤੇ ਕੁਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਵੀ ਸਰ ਉਹ ਸਾਡਾ ਬੰਦਾ ਪਾਣੀ 'ਚ ਡਿੱਗ ਗਿਆ ਉਹਨੂੰ ਚੱਕੀਏ ਕੱਢੋ ਬਾਹਰ ਵਿੱਚੋਂ ਡੁੱਬ ਜਾਏਗਾ ਇਹ ਕਹਿੰਦੇ ਕਹਿੰਦਾ ਨਹੀਂ ਤੁਸੀਂ ਗੱਡੀ 'ਚ ਵੜੋ ਇਹਨਾਂ ਨੂੰ ਫੜ ਕੇ 2-4 ਮਾਰ ਕੇ ਗੱਡੀ 'ਚ ਸਿੱਟ ਲਿਆ ਤੇ ਉਹਨਾਂ ਨੂੰ ਕੱਢਿਆ ਨਹੀਂ ਸਰ ਮੇਰਾ ਨਾਮ ਗੁਰਦੇਵ ਸਿੰਘ ਹੈ ਪਿੰਡ ਸਾਡਾ ਮੰਨੂ ਮਾਛੀ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਾਂ ਸਰ ਮੇਰਾ ਮੁੰਡਾ ਕੁਲਵਿੰਦਰ ਸਿੰਘ ਹੈ ਔਰ ਇੱਕ ਨਾਲ ਦੇ ਇਹਦੇ ਦੋ ਸਾਥੀ ਸੀਗੇ ਬਲਵਿੰਦਰ ਸਿੰਘ ਅਮਰਜੀਤ ਸਿੰਘ ਇਹ ਸਕੂਲ ਦੇ ਵਿੱਚੋਂ ਪੇਪਰ ਕਰਕੇ ਆਏ ਸੀਗੇ 3 ਵਜੇ ਦੇ ਕਰੀਬ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਨਾ ਚਾਹ ਦੇਣ ਜਾਣੀ ਸੀ ਬਾਹਰ ਖੇਤ ਚਾਹ ਦੇਣ ਗਏ ਆ ਉੱਥੇ ਜਾ ਕੇ ਇਹਨਾਂ ਨੂੰ ਨਹੀਂ ਪਤਾ ਸੀ ਵੀ ਅੱਗੇ ਕੌਣ ਫਿਰਦੇ ਆ ਪੁਲਿਸ ਵਾਲੇ ਮੁਲਾਜ਼ਮ ਫਿਰਦੇ ਸੀ ਐਕਸਾਈਜ਼ ਵਾਲੇ ਫਿਰਦੇ ਸੀਗੇ ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਤੇ ਇਹਨਾਂ ਨੂੰ ਪੁੱਛ ਦੱਸ ਕਰਨਾ ਕਹਿੰਦੇ ਤੁਸੀਂ ਇੱਥੇ ਕੀ ਕਰ ਰਹੇ ਹੋ ਕਹਿੰਦੇ ਵੀ ਅਸੀਂ ਚਾਹ ਦੇਣ ਆਏ ਹਾਂ ਤੇ ਕੁਝ ਕਾਈ ਵੱਢਣ ਆਏ ਹਾਂ ਵੀ ਪਸ਼ੂਆਂ ਵਾਸਤੇ ਤੇ ਉਹਨਾਂ ਨੇ ਜਿਹੜੇ ਬਲਵਿੰਦਰ ਸਿੰਘ ਨੂੰ ਡਾਂਗ ਮਾਰੀ ਹੈਗੀ ਹੈ ਤੇ ਜਿਹੜਾ ਛੋਟਾ ਅਮਰਜੀਤ ਸਿੰਘ ਇਹ ਡਰ ਕੇ ਭੱਜ ਪਿਆ ਤੇ ਇਹਨੂੰ ਉਹਨਾਂ ਨੇ ਨਹੀਂ ਰੋਕਿਆ ਜਦੋਂ ਭੱਜਦਾ ਅੱਗੇ ਜਾ ਕੇ ਪਾਣੀ 'ਚ ਵਿੱਚ ਡਿੱਗ ਪੈਂਦਾ ਤੇ ਕੁਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਵੀ ਸਰ ਉਹ ਸਾਡਾ ਬੰਦਾ ਪਾਣੀ 'ਚ ਡਿੱਗ ਗਿਆ ਉਹਨੂੰ ਚੱਕੀਏ ਕੱਢੋ ਬਾਹਰ ਵਿੱਚੋਂ ਡੁੱਬ ਜਾਏਗਾ ਇਹ ਕਹਿੰਦਾ ਨਹੀਂ ਤੁਸੀਂ ਗੱਡੀ 'ਚ ਵੜੋ ਇਹਨਾਂ ਨੂੰ ਫੜ ਕੇ 2-4 ਮਾਰ ਕੇ ਗੱਡੀ 'ਚ ਸਿੱਟ ਲਿਆ ਤੇ ਉਹਨਾਂ ਨੇ ਉਹਨਾਂ ਨੂੰ ਕੱਢਿਆ ਨਹੀਂ ਜਦੋਂ ਥਾਣੇ ਲੈ ਕੇ ਗਏ ਕਬੀਰਪੁਰ ਵਿੱਚ ਕਪੂਰਥਲੇ ਵਿੱਚ ਇਹ ਥਾਣਾ ਪੈਂਦਾ ਜੀ ਕਬੀਰਪੁਰ ਚੌਕੀ ਹੈ ਉੱਥੇ ਲੈ ਕੇ ਜਦੋਂ ਗਏ ਹੈ ਅਤੇ ਉਹਨੇ ਜਦੋਂ ਸਾਡੇ ਕੋਲ ਆਇਆ ਫੋਨ ਪਤਾ ਲੱਗਿਆ ਸਾਨੂੰ ਵੀ ਕਬੀਰਪੁਰ ਵਾਲੇ ਲੈ ਗਿਆ ਅਸੀਂ ਜਾ ਕੇ ਅਸੀਂ ਤਾਂ ਸੋਚਿਆ ਵੀ ਤਿੰਨੋਂ ਬੰਦਿਆਂ ਨੂੰ ਲੈ ਗਿਆ ਜਦੋਂ ਉੱਥੇ ਗਏ ਜਿਹਨਾਂ ਇਹਨਾਂ ਕੁਲਵਿੰਦਰ ਸਿੰਘ ਨੂੰ ਛੱਡਿਆ ਕਹਿੰਦੇ ਇਹਦੀ 16 ਸਾਲ ਉਮਰ ਹੈ ਇਹਦਾ ਸਵੇਰੇ ਪੇਪਰ ਹੈਗਾ ਇਹਨੇ ਸਾਨੂੰ ਦੱਸਤਾ ਅਤੇ ਇਹਨੂੰ ਤੁਸੀਂ ਲੈ ਜਾਓ ਦੂਜੇ ਨੂੰ ਅਸੀਂ ਨਹੀਂ ਛੱਡਣਾ ਬਲਵਿੰਦਰ ਸਿੰਘ ਨੂੰ ਅਸੀਂ ਨਹੀਂ ਛੱਡਣਾ ਅਤੇ ਅਸੀਂ ਕਿਹਾ ਸਰ 3 ਬੰਦੇ ਹੈਗੇ ਆ ਤੁਸੀਂ 2 ਕਿੱਦਾਂ ਸਾਨੂੰ ਦਿਖਾ ਰਹੇ ਹੋ ਕਹਿੰਦਾ 2 ਨਹੀਂ ਸਾਡੇ ਕੋਲ 2 ਆਏ ਆ ਤੁਸੀਂ 3 ਕਿੱਦਾਂ ਕਹਿ ਰਹੇ ਹੋ ਕਹਿੰਦਾ ਇਹਨਾਂ ਨੂੰ ਪਤਾ ਹੋਊਗਾ ਪੁੱਛੋ ਇਹਨਾਂ ਨੂੰ ਜਦੋਂ ਕੁਲਵਿੰਦਰ ਸਿੰਘ ਨੂੰ ਅਸੀਂ ਮੇਰੇ ਬੇਟੇ ਨੂੰ ਬਾਹਰ ਲੈ ਕੇ ਆਏ ਥਾਣੇ ਤੋਂ ਇਹ ਕਹਿੰਦਾ ਡੈਡੀ ਉਹ ਤਾਂ ਉੱਥੇ ਵਿੱਚ ਦਰਿਆ ਦੇ ਡੁੱਬ ਗਿਆ ਸੀ ਇਹਨੇ ਸਾਡੀ ਕੋਈ ਨਹੀਂ ਸੁਣੀ ਐਸਐਚਓ ਨੇ ਸਾਨੂੰ ਕੁੱਟ-ਕੁੱਟ ਕੇ ਵਿੱਚ ਪਾਤਾ ਗੱਡੀ ਦੇ ਅਸੀਂ ਰੋਂਦੇ ਰਹੇ ਉੱਥੇ ਸਾਡੀ ਇਹਨੇ ਨਹੀਂ ਮੰਨੀ ਅਤੇ ਸਰ ਇਹਨਾਂ ਨੇ ਨਜਾਇਜ਼ ਕੁੱਟਿਆ ਮਾਰਿਆ ਹੈਗਾ ਅਸੀਂ ਇਹਨਾਂ ਨੇ ਸਾਨੂੰ ਕਿਸਾਨ ਯੂਨੀਅਨ ਦੁਆਰਾ ਸਾਡੀ ਮਦਦ ਕੀਤੀ ਹੈ ਸਵੇਰੇ ਅਸੀਂ ਉੱਥੇ ਜਾ ਕੇ ਇਹਨਾਂ ਨੇ DSP ਨੇ ਸਾਨੂੰ ਸੱਦਿਆ ਹੈਗਾ ਕਪੂਰ ਸੁਲਤਾਨਪੁਰ 'ਚ ਉੱਥੇ ਜਾ ਕੇ ਸਾਨੂੰ ਕਹਿੰਦਾ ਨਹੀਂ ਤੁਹਾਨੂੰ ਮੋਟਰਸਾਈਕਲ ਵੀ ਦੇ ਦਾਂਗੇ ਤੁਹਾਨੂੰ ਮੋਬਾਈਲ ਵੀ ਦੇ ਦਾਂਗੇ ਬੱਚਿਆਂ ਦਾ ਅਸੀਂ ਕਿਹਾ ਮੋਬਾਈਲ ਬੱਚਿਆਂ ਦਾ ਸਕੂਲ ਦਾ ਕੰਮ ਆਉਂਦਾ ਹੈਗਾ ਪੇਪਰ ਦੇਣ ਜਾਣਾ ਸੀਗਾ ਅਤੇ ਨਾ ਮੋਟਰਸਾਈਕਲ ਨਾ ਕੁਝ ਬੱਚੇ ਕਰੇ ਆ ਕਹਿੰਦਾ ਨਹੀਂ ਤੁਸੀਂ ਪਹਿਲਾਂ ਸਾਡੇ ਨਾਲ ਰਾਜ਼ੀਨਾਮਾ ਕਰੋ ਬਾਅਦ ਵਿੱਚ ਅਸੀਂ ਇਹ ਦਿਆਂਗੇ ਤੁਹਾਨੂੰ ਅਤੇ ਸਰ ਉਸ ਤੋਂ ਬਾਅਦ ਅਸੀਂ ਕਰਿਆ ਕਿ ਸਾਡੀ ਕੋਈ ਸੁਣਾਈ ਨਹੀਂ ਹੋਈ ਕੋਈ ਕੁਛ ਨਹੀਂ ਆਇਆ ਅਸੀਂ ਆ ਕੇ ਕਰੇ ਬੈਠੇ ਹੁਣ ਆ ਕੇ ਧਰਨਾ ਇੱਥੇ ਲਾਇਆ 3 ਵਜੇ ਧਰਨਾ ਲਾ ਦਿੱਤਾ ਸੀ ਕਦੋਂ ਤੱਕ ਲੱਗੇਗਾ ਇਹ ਸਰ ਕੋਈ ਪਤਾ ਨਹੀਂ ਜੀ ਜਦੋਂ ਸਾਡਾ ਮਤਲਬ ਸਾਡਾ ਹੱਕ ਨਾ ਮਿਲੇਗਾ ਸਾਨੂੰ ਸਾਡਾ ਫੈਸਲਾ ਨਾ ਹੋਵੇਗਾ ਉਦੋਂ ਤੱਕ ਜਾਰੀ ਰਹੇਗਾ ਮੈਂ ਗੁਰਦੇਵ ਸਿੰਘ ਹੈ ਜੀ ਮੇਰਾ ਬੇਟਾ ਕੁਲਵਿੰਦਰ ਸਿੰਘ ਹੈ ਇਹ ਪਿੰਡ ਦੇ ਵਿੱਚ ਅਮਰਜੀਤ ਸਿੰਘ ਡੈਥ ਹੋਈ ਜਿੰਦੀ ਰਿਸ਼ਤੇਦਾਰ ਹੈ ਜੀ ਕੱਲ੍ਹ ਸਾਡੇ ਕਬੀਰਪੁਰ ਥਾਣੇ ਵਿੱਚ ਐਕਸਾਈਜ਼ ਵਾਲਿਆਂ ਨੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜਿਹ 'ਚ ਕਰੀਬ ਸਾਡੇ 40 ਬੰਦੇ ਸ਼ਾਮਿਲ ਹੋਏ ਸੀਗੇ ਅਤੇ ਐਕਸਾਈਜ਼ ਨੇ ਕੋਈ ਚਲਦੀ ਭੱਠੀ ਵਗੈਰਾ ਫੜੀ ਸੀਗੀ ਉਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਸੀ ਉਸ ਤੋਂ ਇਲਾਵਾ ਕੋਈ ਇੱਕ ਬੱਚਾ ਸੀਗਾ ਅਤੇ ਇਹਨਾਂ ਦੇ ਕਹਿਣ ਮੁਤਾਬਕ ਹੈ ਵੀ ਬੱਚਾ ਉਹ ਪਤਾ ਨਹੀਂ ਕਿਸ ਤਰ੍ਹਾਂ ਡੁੱਬ ਕੇ ਮਰਿਆ ਹੈ ਜਾਂ ਕਿਹੜੀ ਪ੍ਰੋਬਲਮ ਨਾਲ ਮਰਿਆ ਹੈ ਤੁਸੀਂ ਜੋ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਵੀ ਇਹਨਾਂ ਨੂੰ ਸਾਫ਼ ਦਵਾਇਆ ਜਾਵੇ ਔਰ ਅਸੀਂ ਦੁਬਾਰਾ ਸੈੱਟ ਬਣਾ ਕੇ ਅਤੇ ਇਹਨਾਂ ਦੇ ਮੁਤਾਬਕ ਕੋਸ਼ਿਸ਼ ਕਰਦੇ ਹਾਂ ਵੀ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾ ਸਕੇ ਕੁਛ ਡਿਮਾਂਡਸ ਉਹਨਾਂ ਦੀਆਂ ਹੈਗੀਆਂ ਅਤੇ ਕੁਛ ਉਹਨਾਂ ਨੂੰ ਅਸੀਂ ਉਹਨਾਂ ਨਾਲ ਗੱਲਬਾਤ ਦੇ ਜ਼ਰੀਏ ਕੁਛ ਹੱਲ ਕਰ ਲਈਆਂ ਜਿੰਨੀਆਂ ਕੁ ਅਸੀਂ ਆਪਣੇ ਪ੍ਰਸ਼ਾਸਨਿਕ ਤੌਰ 'ਤੇ ਹੱਲ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ
खुदा दे कर देर है पर हनेर नहीं, मुसलमानी रूहानियत काले इलम दे माहिर मियां फरीद अली। संपर्क करो 98-559-31-603। 100% गारंटी नाल हर परेशानी दा हल पाओ। पति पत्नी विच झगड़ा, सौतन दुश्मन तो छुटकारा, खुया प्यार वापस पाउणा, तलाक केस, विदेश विच पक्का होना, गुप्त वशीकरण करवाओ, मन चाह प्रेमी प्रेमिका अपने वस विच करो, लाटरी नंबर पाओ 649 होवे चा लोटो मैक्स। प्यार विच धोखा खा चुके प्रेमी प्रेमिका एक बार जरूर संपर्क करो।